ਪਿੱਛੇ ਭਾਜੀ ਪਿੱਛੇ ਅੱਛਾ ਹੁਣ ਜੇ ਬੋਲੋ ਚੁੱਪ ਚੁੱਪ ਥੋੜਾ ਇੱਕ ਮਿੰਟ ਥੋੜਾ ਲਾਓ ਅੱਛਾ ਇਸ ਤਰ੍ਹਾਂ ਹੈ ਕਿ ਅੱਜ ਸਵੇਰੇ ਇਹ ਮਾਈਕ ਲਗਾ ਦਿੱਤਾ ਤੇ ਬੰਸ ਸਵਾ 6 6:30 ਵਜੇ ਦਾ ਐਕਸੀਡੈਂਟ ਹੈ ਕਿ ਸਭ ਨੂੰ ਬਾਹਰ ਸਟੋਰ ਲਿਖੇ ਸਾਡੀ ਪੁਲਿਸ ਪਾਰਟੀ ਹਾਜ਼ਰ ਸੀ ਕਾਫੀ ਨੂੰ ਲਾਗੂ ਕਰਨਾ ਥੱਲੇ ਕਰ ਯਾਰ ਤਾਂ ਕਿ ਕੋਈ ਵੀ ਬੰਦਾ ਜਿਹੜਾ ਜਿਹਨੂੰ ਉਹਦੇ ਵਿੱਚ ਸਾਡੇ ਐਸ ਐਚ ਓ ਦੇ ਦੋ ਕੱਟ ਡੀਪ ਕੱਟ ਲੱਗੇ ਹੋਏ ਆ ਕਰਬਾਨਾ ਦੇ ਇੱਕ ਬਾਜੂ ਤੇ ਇੱਕ ਬੈਕ ਤੇ ਇੱਕ ਕੇ ਐਸ ਓ ਜਿਹੜੇ ਬਾਜੂ ਬਿਲਕੁਲ ਹੀ ਗਾਰੋਂ ਕੱਟ ਦਿੱਤੀ ਹਾਲੀ ਉਸ ਤੋਂ ਇਲਾਵਾ ਦੋ ਮੁਲਾਜ਼ਮਾਂ ਨੂੰ ਹੋਰ ਇੰਜਰ ਕੀਤਾ ਉਸ ਤੋਂ ਬਾਅਦ ਗੱਡੀ ਭਜਾ ਕੇ ਇੱਥੇ ਆ ਗਏ ਪਰ ਉੱਥੇ ਇਹਨਾਂ ਨੇ ਜਿਹੜਾ ਗੇਟ ਸੀਗਾ ਸਬਜ਼ੀ ਮੰਡੀ ਦਾ ਗੇਟ ਦੇ ਉੱਪਰ ਗੱਡੀ ਵੀ ਮਾਰੀ ਗੱਡੀ ਵਿੱਚ ਜਿਹੜੀ ਫੋਟੋ ਦੇ ਵਿੱਚ ਉਹਦੇ ਬੰਪਰੀ ਕੁੱਟ ਗਿਆ ਫਿਰ ਆ ਕੇ ਇੱਥੇ ਛੁੱਪ ਗਏ ਇੱਥੇ ਪੁਲਿਸ ਪਾਰਟੀ ਆ ਗਈ ਸਾਡੇ ਐਸ ਐਸ ਪੀ ਸਾਹਿਬ ਇਮੀਜੀਏਟਲੀ ਪਹੁੰਚ ਗਏ ਬਾਅਦ 'ਚ ਮੈਂ ਹੀ ਪਹੁੰਚ ਗਿਆ ਏ ਡੀ ਜੀ ਪੀ ਸਾਹਿਬ ਵੀ ਆ ਗਏ ਅਸੀਂ ਇੰਨਾ ਕੁਝ ਸਿਵਲ ਦੇ ਬੰਦੇ ਅੰਦਰ ਭੇਜੇ ਇੰਨਾ ਗੱਲਬਾਤ ਕੀਤੀ ਪਹਿਲਾਂ ਖੁਦ ਗੱਲ ਕੀਤੀ ਇਹ ਨਹੀਂ ਮੰਨੇ ਬਾਹਰ ਫਿਰ ਅਸੀਂ ਇੱਥੇ ਲੋਕਲ ਬੰਦੇ ਕੁਛ ਅੰਦਰ ਭੇਜੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਅੱਧਾ ਪੌਣਾ ਘੰਟਾ ਇਹਨਾਂ ਨਾਲ ਟਾਈਮ ਸਪੈਂਡ ਕਰਕੇ ਬਾਹਰ ਆਏ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਇਹਨਾਂ ਨੇ ਪੇਸ਼ ਨਹੀਂ ਹੋਣਾ ਜੀ ਇਹ ਕਹਿੰਦੇ ਅਸੀਂ ਪੇਸ਼ ਨਹੀਂ ਹੋਣਾ ਗਾ ਇਹਨਾਂ ਕੋਲ ਵੈਪਨ ਵੀ ਹੈਗੇ ਫਿਰ ਅਸੀਂ ਜਦੋਂ ਕੁਛ ਹਾਂ ਅਤੇ ਜਦੋਂ ਅਸੀਂ ਉੱਤੇ ਨਾਲ ਜਿਹੜਾ ਸਕੂਲ ਹੈਗਾ ਇੱਥੇ ਬਲਵੇੜੇ ਦੇ ਵਿੱਚ ਸਕੂਲ ਪੈਂਦਾ ਹੈਗਾ ਉੱਥੇ ਅਸੀਂ ਪਬਲਿਕ ਐਡਰੈਸ ਦੇ ਨਾਲ ਵੀ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਸਟੈਂਡਰ ਕਰਨ ਤੋਂ ਬਿਲਕੁਲ ਮਨਾ ਕਰ ਦਿੱਤਾ ਬਲਕਿ ਸਾਨੂੰ ਸਾਰੀ ਪੁਲਿਸ ਪਾਰਟੀ ਨੂੰ ਮੇਰੇ ਬੜੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਅਸੀਂ ਇੱਥੇ ਨੇੜੇ ਆਏ ਆ ਕੇ ਅਸੀਂ ਉਹਨੂੰ ਫਿਰ ਕਿਹਾ ਕਿ ਤੁਸੀਂ ਆ ਜਾਓ ਤੁਸੀਂ ਬਾਹਰ ਆ ਜਾਓ ਇਹਨਾਂ ਨੇ ਕਿਰਪਾਨਾਂ ਕੱਢੀਆਂ ਨਾਲੇ ਅੰਦਰੋਂ ਫਾਇਰ ਦੀ ਆਵਾਜ਼ ਆਈ ਜਦੋਂ ਫਾਇਰ ਦੀ ਆਵਾਜ਼ ਆਈ ਤਾਂ ਅੰਦਰੋਂ ਸਾਨੂੰ ਕੁਛ ਚੀਕ ਨਹੀਂ ਝਾੜਾ ਵੀ ਪਿਆ ਸਾਨੂੰ ਲੱਗਿਆ ਕੋਈ ਹੋਸਟੇਜ ਹੈਗੇ ਆ ਜੋ ਪੁਲਿਸ ਪਾਰਟੀ ਨੇੜੇ ਗਈ ਤਾਂ ਇਹਨਾਂ ਨੇ ਪੁਲਿਸ ਪਾਰਟੀ ਨੇ ਵੀ ਅਟੈਕ ਕੀਤਾ ਅਟੈਕ ਕਰਕੇ ਫਿਰ ਅਸੀਂ ਉਹਨਾਂ ਨੂੰ ਓਵਰ ਪਾਵਰ ਕਰ ਲਿਆ ਕ੍ਰੋਸ ਫਾਇਰਿੰਗ ਦੇ ਵਿੱਚ ਇਹਨਾਂ ਦਾ ਇੱਕ ਨਿਹੰਗ ਵੀ ਇੰਜਰਡ ਹੈਗਾ ਜਿਹਨੂੰ ਸਰਜਿੰਦਰਾ ਹਸਪਤਾਲ ਭੇਜਤਾ ਐਡਮਿਟ ਹੈਗਾ ਇਹਨਾਂ ਕੋਲ ਜਿਹੜੇ ਵੈਪਨ ਮਿਲੇ ਆ 3 ਫਾਇਰ ਆਰਮ ਮਿਲੇ ਆ ਕੁਛ ਕਾਰਟ੍ਰਿਜ ਮਿਲੇ ਆ ਪੈਟਰੋਲ ਪੰਪ ਮਿਲੇ ਆ ਆਹ ਕਿਰਪਾਨਾਂ ਮਿਲੀਆਂ ਤੁਹਾਡੇ ਸਾਹਮਣੇ ਪਈ ਆ ਆਹ ਜਿਹੜਾ ਪੈਟਰੋਲ ਪੰਪ ਸ਼ੋਅ ਕਰਦੇ ਸਰ ਕਿੰਨੇ ਭੰਗ ਹੈਗੇ ਜੀ ਇੱਥੇ ਇਹਨੇ ਕੱਟ ਕੇ ਕੀਤੀ ਹੋਈ ਆ ਇਹਦੇ ਵਿੱਚ ਕੁਛ ਇਹਦੇ ਵਿੱਚ ਕੈਮੀਕਲ ਆ ਅਸੀਂ ਚੈੱਕ ਕਰਾਂਗੇ ਕੀ ਕੈਮੀਕਲ ਸਰ ਕਿੰਨੇ ਫਾਇਰ ਚੱਲੇ ਟੋਟਲ ਫਾਇਰ ਤੁਹਾਨੂੰ ਅਸੀਂ ਗਿਣਤੀ ਚਾਹੀਦੀ ਸਰ ਥੋੜ੍ਹੀ ਹੋਏ 5-4 ਸਰ ਡੇਰਾ ਇਹਨਾਂ ਦਾ ਆਪਣਾ ਸੀ ਨਾ ਕੋਈ ਕੋਈ ਮਤਲਬ ਸ਼੍ਰੋਮਣੀ ਕਮੇਟੀ ਸੀ ਅੰਡਰ ਤਾਂ ਨਹੀਂ ਕੋਈ ਨਹੀਂ ਜਿੱਥੇ ਬੰਦੀ ਅੰਡਰ ਹੈ ਨਾ ਅਸੀਂ ਇੱਕ ਸੇ ਨਿਹੰਗ ਜੱਥੇਬੰਦੀ ਦੇ ਅੰਡਰ ਸਰ ਇਹਦੇ ਪਹਿਲਾਂ ਵੀ ਕੁਛ ਇਸ ਬਾਬੇ ਦੇ ਮੁਕੱਦਮੇ ਕਰਦੇ ਸੀ ਬਾਬੇ ਦੇ ਉੱਤੇ ਪਹਿਲਾਂ 3 ਪਰਚੇ ਦਰਜ ਹੈ ਕਿਹੜੇ ਕਿਹੜੇ ਤਰ੍ਹਾਂ ਦਾ ਸਫਲ ਦਰਜ ਹੈ ਕੋਈ 2000 ਦਾ 10-12 ਪਰ ਫਰਮਾਨੇ ਇੱਕ ਚੋਰੀ ਦਾ ਸਰ ਪੁਰਾਣੇ ਕੋਈ ਅਪਵਾਦੀ ਰਿਕਾਰਡ ਵੀ ਹੈਗਾ ਨਾ ਜੀ ਉਹ ਹਣੀ ਹੈ ਹਣੀ ਪਰ ਚੈੱਕ ਕਰ ਰਹੇ ਸੀ ਸਰ ਇਹ ਇਲੀਗਲ ਵੈਪਨ ਲੱਗੇ ਸੀ ਕਿੰਨੇ ਵੈਪਨ ਸੀ ਸਾਹਮਣੇ ਇਲੀਗਲ ਵੈਪਨ ਨੰਬਰ 2 ਤੇ ਨੰਬਰ 2 ਤੇ ਇਹਨਾਂ ਨੇ ਪਿੱਛੇ 7-8 ਸਿਲੰਡਰ ਤੁਹਾਨੂੰ ਫੋਟੋ ਸੀ ਜਾਰੀ ਕਰਦੇ ਆ ਉਹ ਇਹਨਾਂ ਨੇ ਰੱਖ ਰੱਖੇ ਸੀ ਤਾਂ ਕਿ ਅਗਰ ਉਹਨੂੰ ਅਗਰਾਨੀ ਕੀ ਜਾਵੇ ਤਾਂ ਕੜਕ ਵਗ ਲੱਗ ਜਾਏ ਕਿੰਨੇ ਲੋਕ ਅਰੈਸਟ ਕੀਤੇ ਨੇ ਕੁਝ ਕੈਸ਼ ਵੀ ਪ੍ਰਾਪਤ ਹੋਏ ਨੇ ਕਿੰਨੇ ਲੋਕ ਅਰੈਸਟ ਕੀਤੇ ਇੱਕ ਹੋਰ ਦਿਆ ਜੀ ਕਿੱਥੇ ਕਿੰਨੇ ਲੋਕ ਅਰੈਸਟ ਕੀਤੇ ਗਏ ਗਿੰਦੇ ਆ ਕਿੱਥੇ ਟੋਟਲ ਬੰਦੇ 7 ਬੰਦੇ ਅਰੈਸਟ ਕਿੱਥੇ ਪੈਂਥੇ ਨੋ ਇਹਦੇ ਕੋਈ ਮਹਿਲਾਵਾਂ ਵੀ ਸੀ ਸਰ ਲੇਡੀਜ਼ ਵੀ ਹੈ ਕੋਈ ਲੇਡੀਜ਼ ਵੀ ਹੈ ਕਿ ਲੇਡੀ ਵੀ ਇੱਕ ਇੱਕ ਟੋਟਲ ਲੇਡੀ ਮਿਲਾ ਕੇ ਪੂਰੇ ਬੰਦੇ ਮਿਲਾ ਕੇ 9 ਬੰਦੇ ਅਰੈਸਟ ਕੀਤੇ ਸਰ ਇਹਨਾਂ ਨੇ ਆਈ ਨਾ ਬੱਚਾ ਕਿੰਨੇ ਜੀ ਨਹੀਂ ਬੱਚਾ ਕੋਈ ਨਹੀਂ ਹੈ ਬੱਚਾ ਨਹੀਂ ਮਾਂ ਪੜਾ ਲਈਆਂ ਵਿਆਹ ਨਵਾਂ ਹੀ ਆ ਗਿਆ ਤੁਸੀਂ ਚੜ ਜਾਓ ਉੱਥੋਂ ਨਹੀਂ ਸਗੋਂ ਜਦੋਂ ਗਾਲਾਂ ਕੱਢ ਰਹੇ ਸੀ ਇਹਨਾਂ ਨੂੰ ਦੱਸਿਆ ਗਿਆ ਅਸੀਂ ਪਬਲਿਕ ਐਡਰੈਸ ਸਿਸਟਮ ਤੇ ਦੱਸਿਆ ਵੀ ਗੁਰੂ ਘਰ ਦੇ ਵਿੱਚ ਖੜ ਕੇ ਗਾਲਾਂ ਕੱਢਦਾ ਚੰਗਾ ਨਹੀਂ ਲੱਗਦਾ ਗਾ ਇਹਨਾਂ ਨੂੰ ਵਾਰ ਵਾਰ ਅਨਾਊਂਸ ਕਰਕੇ ਮਨਾ ਕੀਤਾ ਤੇ ਜਦੋਂ ਅਲਟੀਮੇਟਲੀ ਬਹੁਤ ਜ਼ਿਆਦਾ ਸਿਰ ਦੇ ਉੱਤੇ ਚੜ ਕੇ ਤੇ ਅੰਦਰੋਂ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਸ਼ੁਰੂ ਹੋ ਗਈਆਂ ਤੇ ਫਾਇਰ ਹੋ ਗਏ ਸਾਨੂੰ ਲੱਗਿਆ ਕਿ ਤੇ ਅੰਦਰ ਕੋਈ ਹੋਸਟੇਜ ਫੜਿਆ ਹੋਇਆ ਤੇ ਜਿਹਦੀ ਉਹਨੂੰ ਗੋਲੀ ਮਾਰਤੀ ਸਾਰੀ ਫੋਰਸ ਨੇ ਅੰਦਰ ਰਸ਼ ਕੀਤਾ ਰਸ਼ ਕਰਨ ਤੋਂ ਬਾਅਦ
ਉਹਦੇ 'ਚ ਜਿੰਨਾ ਸਾਡੇ ਤੋਂ ਹੋਇਆ ਅਸੀਂ ਉਹਨੂੰ ਫੜ ਲਿਆ ਸਾਰਾ, ਤੁਸੀਂ ਦੇਖਿਆ ਇਹਨਾਂ ਕੋਲ ਉਹਦੇ 'ਚ ਕੁਛ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਜਿਹੜੀਆਂ ਕਿ ਉਹ ਮੈਡੀਕਲ ਚੱਲ ਰਿਹਾ ਉਹਨਾਂ ਨੂੰ ਅਸੀਂ ਉਹ ਲੈ ਕੇ ਜਾ ਰਹੇ ਹਾਂ, ਪਰ ਫਾਇਰ ਆਰਮ ਬੰਦੇ ਮੁਲਾਜ਼ਮਾਂ ਦੇ ਨਹੀਂ ਲੱਗਿਆ, ਪਰ ਸਾਨੂੰ ਚੱਲੇ ਵੇ ਕਾਰਟਰੇਜ ਇਹਦੇ ਵਿੱਚ ਕੁਛ ਚੱਲੇ ਵੇ ਹੈਗੇ ਆ ਅਤੇ ਕੁਛ ਦੂਜੇ ਕਾਰਟਰੇਜ ਆ, ਉਹ ਵੈਪਨ ਸਾਨੂੰ ਮਿਲੇ ਆ, ਬਾਕੀ ਅਸੀਂ ਨਾਲ ਦੇ ਖੇਤਾਂ ਦੀ ਸਰਚ ਕਰਾ ਰਹੇ ਹਾਂ। ਮੁਲਾਜ਼ਮ ਦੱਸਦੇ ਗਿਣਤੀ ਅਸੀਂ ਦੋ ਤਿੰਨ ਹਜ਼ਾਰ ਸਰ ਕੀ ਹਦਾਇਤਾਂ ਆਈਆਂ ਨੇ ਹੋਰ ਜੀ ਢੀ ਸਾਹਿਬ ਨੇ ਸੀਗਾ ਕਿ ਵੀ ਇਹਨਾਂ ਨੂੰ ਪਹਿਲਾਂ ਗੱਲਬਾਤ ਕੀਤੀ ਜਾਵੇ, ਇਹਨਾਂ ਨੂੰ ਪ੍ਰਸਿਓਰ ਕੀਤਾ ਜਾਵੇ ਕਿ ਬਾਹਰ ਕੱਢੋ, ਅਸੀਂ ਸਰੈਂਡਰ ਕਰਾਇਆ ਜਾਵੇ, ਅਸੀਂ ਇਹਨੂੰ ਪ੍ਰਸਿਓਰ ਕਰਨ ਦੀ ਬੜੀ ਕੋਸ਼ਿਸ਼ ਕੀਤੀ ਸਰ। ਇਹ ਜਗ੍ਹਾ ਦਾ ਹੁਣ ਸਰ ਗਾਲਾਂ ਕੱਢਦੇ ਚੰਗੇ ਲੱਗਦੇ ਸਰ, ਜਗ੍ਹਾ ਨਹੀਂ ਵੀ ਹੈ, ਜਗ੍ਹਾ ਨਹੀਂ ਵੀ ਹੈ ਸਰ, ਜਗ੍ਹਾ ਜੋ ਸਾਨੂੰ ਪਤਾ ਲੱਗੇ ਹਾਲ ਰਿਕਾਰਡ ਤਾਂ ਚੈੱਕ ਕਰਨਾ ਇਹਦਾ, ਇਹ ਜਗ੍ਹਾ ਨੇ ਕਬਜ਼ਾ ਕੀਤੀ ਸੀ ਸਾਰੇ ਖੜੇ ਸਾਰੀ ਫਰੇਮ ਖਰਾਬ ਕਰ ਦਿੱਤੀ ਸਾਰੇ ਅਫਸਰ ਇੱਥੇ ਪਹੁੰਚੇ ਆ ਸਵੇਰੇ। ਸਬਜ਼ੀ ਮੰਡੀ ਸਾਡਾ ਮੇਨ ਮਕਸਦ ਸੋਸ਼ਲ ਡਿਸਟੈਂਸਿੰਗ ਹੁੰਦਾ, ਉਹਨੂੰ ਲਾਗੂ ਕਰਾਉਣ ਲਈ ਜਿਹੜੇ ਗਿਣਤੀ ਦੇ ਬੰਦੇ ਅੰਦਰ ਜਾਣ ਤੇ ਗਿਣਤੀ ਦੇ ਬੰਦੇ ਬਾਹਰ ਆਉਣ, ਉਹ ਸੋਸ਼ਲ ਡਿਸਟੈਂਸਿੰਗ ਨੂੰ ਕਰਾਉਂਦਿਆਂ ਕਰਾਉਂਦਿਆਂ ਇਹਨਾਂ ਨੇ ਉੱਥੋਂ ਕਰ ਲਿਆ ਵੱਢ ਕੇ, ਉਸ ਤੋਂ ਬਾਅਦ ਵਾਪਸ ਆਏ ਇੱਥੇ ਆ ਕੇ ਤੁਸੀਂ ਦੇਖ ਲਿਆ ਇਹਨਾਂ ਨੇ ਜੋ ਮੁਸ਼ਕਿਲ। ਇਹ ਸਾਰਾ ਆਪਰੇਸ਼ਨ ਸਰ ਕਿੰਨੀ ਦੇਰ ਤੱਕ ਚੱਲਿਆ? ਤੁਸੀਂ ਦੇਖ ਲਓ ਹਜੇ ਤੱਕ ਵੀ ਚੱਲਿਆ, ਵੈਪਨ ਤਾਂ ਹੁਣ 1 ਵਜੇ ਤੱਕ ਵੀ ਸਰਚ ਹਜੇ ਵੀ ਚੱਲ ਰਹੀ ਹੈ, ਕੋੜੀਆਂ ਵੀ ਰੱਖੀਆਂ ਵੀ ਹੈ ਜੀ ਇਹਨਾਂ ਨੇ, ਕੋੜੀਆਂ ਵੀ ਇੱਕ ਜਾਰਰ ਵੀ ਇਹਨਾਂ ਕੋਲੇ, ਗੋਲੀ ਪੈਰ ਤੇ ਲੱਗੀ ਹੈ ਜੀ ਸਰ। ਕੋਈ ਜੋ ਤੁਹਾਡੀ ਕਨਵਰਸੇਸ਼ਨ ਚੱਲ ਰਹੀ ਸੀ, ਨੈਗੋਸ਼ੀਏਸ਼ਨ ਚੱਲ ਰਹੀ ਸੀ ਨਿਹੰਗਾਂ ਦੀ, ਜਥੇਬੰਦੀ ਇਹਨਾਂ ਦੀ ਆਲੋਚਨਾ ਕਰ ਰਹੇ ਆ, ਐਸਜੀਪੀਸੀ ਨੇ ਵੀ ਇਹਨਾਂ ਦੀ ਨਿੰਦਿਆ ਕੀਤੀ ਹੈ, ਕੋਈ ਇਸ ਤਰ੍ਹਾਂ ਦੀ ਜਥੇਬੰਦੀ ਸੀ ਜਿਹੜੀ ਇਹਨੇ ਤੁਹਾਡੇ ਨਾਲ ਨਹੀਂ ਸਾਡਾ ਕਸੂਰ ਨਹੀਂ ਕੀਤੀ, ਸਾਡਾ ਹੋਵੇ ਨੈਗੋਸ਼ੀਏਸ਼ਨ ਪਿੰਡ ਵਾਲਾ ਵੀ, ਤੁਸੀਂ ਗੱਲ ਕਰਕੇ ਦੇਖੋ ਪਿੰਡ ਵਾਲੇ ਕੋਈ ਬੰਦਾ ਹੱਥਕ ਨਹੀਂ ਆਇਆ, ਹਾਂ ਪਿੰਡ ਵਾਲੇ ਇਹਨੂੰ ਕਹਿੰਦੇ ਪਸੰਦ ਨਹੀਂ ਕਰਦੇ, ਕੋਈ ਬੰਦਾ ਨਹੀਂ ਆਇਆ, ਸਾਰਾ ਇਲਾਕਾ ਖਿਲਾਫ ਹੈ, ਪਾਪੀ ਪਲਾਂਟਸ ਵੀ ਲਾ ਰੱਖੇ ਆ ਉੱਥੇ ਸਰ। ਕੋਈ ਲੇਡੀਜ਼ ਵੀ ਗ੍ਰਿਫਤਾਰ ਹੋਈ ਬਈ? ਇਹਨੇ ਇੱਕ ਲੇਡੀ ਉਹ ਸਰ, ਪੋਪੀ ਪਲਾਂਟ ਕਿੰਨੀ ਕੁ ਏਰੀਆ 'ਚ ਲੱਗਿਆ ਹੋਇਆ? ਉਹਨੇ ਪਿੱਛੇ ਪਿੱਛੇ ਬੀਜੇ ਵੇ ਆ ਜਿਹੜੇ ਹੁਣ ਵੀ ਏਰੀਆ ਤੋਂ ਉਹਦਾ ਐਗਜੈਕਟ ਮਿਲਿਆ ਨਹੀਂ, ਪਰ ਪਿੱਛੇ ਬੀਜੇ ਵੇ ਆ, ਉਹਨੂੰ ਕਹਿ ਦਿਓ ਵੀ ਇੱਕ ਦਹਿਸ਼ਤ ਬਣਾ ਰੱਖੀ ਸੀ ਇਲਾਕੇ 'ਚ, ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਸੀ, ਸਾਰਾ ਇਲੀਗਲੀ ਕਾਰਵਾਈ ਚੱਲ ਰਹੀ ਸੀ। ਆਹ ਦੇਖੋ ਆ ਜਿਹੜੇ ਵੈਪਨ ਪਏ ਵੇ ਆ, ਹੁਣ ਅੰਦਰ ਕਿਸੇ ਨੂੰ ਕੀ ਪਤਾ ਵੀ ਕੀ ਵੈਪਨ ਪਏ ਵੇ, ਪਰ ਇਹਦੇ ਵਿੱਚ ਜਿਵੇਂ ਪੁਲਿਸ ਸਾਡੀ ਪੁਲਿਸ ਨੇ ਜੋ ਵੀ ਬੈਸਟ ਉਹਦੇ ਚੋ ਕੀਤਾ, ਸਾਡੇ ਸਾਰੇ ਅਫਸਰ ਸਾਨੂੰ ਆਈ ਸਾਹਿਬ ਆਏ ਆ, ਸਪੈਸ਼ਲੀ ਪੁਲਿਸ ਨੂੰ ਸ਼ਾਬਾਸ਼ ਦੇਣ ਆਏ ਆ, ਤੇ ਸਾਰੀ ਟੀਮ ਨੂੰ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ, ਬਹੁਤ ਚੰਗੇ ਢੰਗ ਨਾਲ ਆਪਰੇਸ਼ਨ ਹੋ ਗਿਆ, ਕਿਸੇ ਦਾ ਕੋਈ ਮੁਲਾਜ਼ਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸਾਨੂੰ ਦੁੱਖ ਹੈ ਸਾਡਾ ਇੱਕੋ ਪੀਜੀਆਈ ਉਹਦਾ ਸਰਜਰੀ ਚੱਲ ਰਹੀ ਹੈ ਜਿਹਦਾ ਹੱਥ ਕੱਟਿਆ ਗਿਆ, ਹੱਥ ਬਿਲਕੁਲ ਲੈ ਗਿਆ ਸੀ ਨਾਲ, ਥੋੜਾ ਕਿਰਪਾ ਨਹੀਂ ਕਰਦੇ।